ਆਪਣਾ ਪ੍ਰੋਪਰ ਕਿਤੇ ਮੱਥਾ ਟੇਕਣ ਗਏ ਸੀ ਅਤੇ ਉੱਥੇ ਜਦੋਂ ਬਾਹਰ ਨਿਕਲੇ ਹਾਂ ਤਾਂ ਉਹਦੇ ਵਿੱਚ ਜਿਹੜਾ ਕੁਛ ਤਿੰਨ ਵਿਅਕਤੀ ਜਿਹੜੇ ਆ ਉਹਨਾਂ ਨੇ ਤਾਂ ਕਿਰਪਾਨਾਂ ਨਾਲ ਹਮਲਾ ਕੀਤਾ ਤਾਂ ਉਹਦੇ ਵਿੱਚ ਅਸੀਂ ਉੱਥੋਂ ਸੀ ਸੀ ਟੀ ਵੀ ਫੁਟੇਜ ਵਗੈਰਾ ਲੈਣੀ ਆ ਜਿਹੜਾ ਇਹਨੂੰ ਸਿਕਿਉਰਿਟੀ 'ਚ ਅਸੀਂ ਕੋਈ ਗਨਮੈਨ ਦਿੱਤਾ ਹੋਇਆ ਸੀ ਉਹ ਗਨਮੈਨ ਦੇ ਬਿਆਨ 'ਤੇ ਅਸੀਂ 307 ਦਾ ਮੁਕੱਦਮਾ ਦਰਜ ਕਰਤਾ ਮੁਕੱਦਮਾ ਦਰਜ ਕਰਕੇ ਅਸੀਂ ਬੰਦੇ ਵੀ ਆਈਡੈਂਟੀਫਾਈ ਕੀਤੇ ਆ ਅਤੇ ਜਲਦ ਜਿਹੜੇ ਗ੍ਰਿਫਤਾਰ ਕਰ ਸਰ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਗਾਰਡ ਦੇ ਗਨ ਦੀ ਚੋਰੀ ਕਰਨ ਦੀ ਇਸ ਤਰ੍ਹਾਂ ਦਾ ਜੇ ਹੋਇਆ ਤਾਂ ਅਸੀਂ ਸਖਤੀ ਨਾਲ ਅਭਿਆਸ ਕਰਾਂਗੇ ਬੰਦੇ ਗ੍ਰਿਫਤਾਰ ਕਰਾਂਗੇ 307 ਮੁਕੱਦਮਾ ਦਰਜ ਕੀਤਾ ਬਾਕੀ ਅਸੀਂ ਜਿਹੜੀ ਹੈ ਸਖਤੀ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਜਿਹੜੇ ਮੈਂ ਉਹਨੇ ਡਾਕਟਰ ਸਾਹਿਬ ਨਾਲ ਡਿਸਕਸ ਕੀਤਾ ਅਤੇ ਪੇਸ਼ੈਂਟ ਜਿਹੜਾ ਸਟੇਬਲ ਹੈ ਜੁਆਇੰਟ ਪੁਲਿਸ ਕਮਿਸ਼ਨਰ ਜਿਨ੍ਹਾਂ ਸਾਫ਼ ਤੌਰ 'ਤੇ ਦੱਸਿਆ ਵਾ ਕਿ ਜਿਹੜੇ ਗੋਰਾ ਥਾਪਰ ਹੈਗੇ ਨੇ ਉਹ ਖਤਰੇ ਤੋਂ ਬਾਹਰ ਨੇ ਉਹਨਾਂ ਦੀ ਹਾਲਤ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਸੀ ਉਹ ਡਾਕਟਰਾਂ ਨੇ ਸਾਫ਼ ਤੌਰ 'ਤੇ ਕਹਿਤਾ ਵਾ ਕਿ ਹਾਲਤ ਸਟੇਬਲ ਹੈਗੀ ਆ ਔਰ ਦੂਜੇ ਪਾਸੇ ਹਿੰਦੂ ਸੰਗਠਨਾਂ ਦਾ ਜਿਹੜਾ ਰੋਸ ਹੈਗਾ ਉਹ ਜੋ ਨਾ ਤੋਂ ਚੱਲ ਰਿਹਾ ਵਾ ਪਰ ਦੂਜੇ ਪਾਸੇ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਪੁਲਿਸ ਸੁਰੱਖਿਆ ਪੁੱਤਰ ਦੀ ਆਮਦਾਇਕ ਦਾਅਵੇ ਕਰ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਕਦ ਤੱਕ ਆਰੋਪੀਆਂ ਨੂੰ ਪਕੜ ਪਾਉਂਦੀ ਹੈ ਆਪਣਾ ਥਾਪਰ ਕਿਤੇ ਮੱਥਾ ਟੇਕਣ ਗਏ ਸੀ ਅਤੇ ਉੱਥੇ ਜਦੋਂ ਬਾਹਰ ਨਿਕਲੇ ਆ ਤਾਂ ਉਹਦੇ ਵਿੱਚ ਜਿਹੜਾ ਕੁਛ ਤਿੰਨ ਵਿਅਕਤੀ ਜਿਹੜੇ ਆ ਉਹਨਾਂ ਨੇ ਤਾਂ ਕਿਰਪਾਨਾਂ ਨਾਲ ਹਮਲਾ ਕੀਤਾ ਤਾਂ ਉਹਦੇ ਵਿੱਚ ਅਸੀਂ ਉੱਥੋਂ ਸੀ ਸੀ ਟੀ ਵੀ ਫੁਟੇਜ ਵਗੈਰਾ ਲੈਣੀ ਆ ਜਿਹੜਾ ਇਹਨੂੰ ਸਿਕਿਉਰਿਟੀ 'ਚ ਅਸੀਂ ਕੋਈ ਗਨਮੈਨ ਦਿੱਤਾ ਹੋਇਆ ਸੀ ਉਹ ਗਨਮੈਨ ਦੇ ਬਿਆਨ 'ਤੇ ਅਸੀਂ 307 ਦਾ ਮੁਕੱਦਮਾ ਦਰਜ ਕਰਤਾ ਮੁਕੱਦਮਾ ਦਰਜ ਕਰਕੇ ਅਸੀਂ ਬੰਦੇ ਵੀ ਆਈਡੈਂਟੀਫਾਈ ਕੀਤੇ ਆ ਅਤੇ ਜਲਦ ਜਿਹੜੇ ਗ੍ਰਿਫਤਾਰ ਕਰ ਸਰ ਕਿਹਾ ਜਾ ਰਿਹਾ ਕਿ ਸਿਕਿਉਰਿਟੀ ਗਾਰਡ ਦੇ ਗਨ ਦੀ ਚੋਰੀ ਕਰਨ ਦੀ ਇਹ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਪਲੱਸ ਉਹਨੂੰ ਜਿਹੜੀ ਸੀ ਸੀ ਟੀ ਵੀ ਫੁਟੇਜ ਨੂੰ ਕਲੋਜ਼ ਮੋਨੀਟਰ ਕਰਕੇ ਇਸ ਤਰ੍ਹਾਂ ਦਾ ਜੇ ਹੋਇਆ ਤਾਂ ਅਸੀਂ ਸਖਤੀ ਨਾਲ ਅਭਿਆਸ ਕਰਾਂਗੇ ਬੰਦੇ ਗ੍ਰਿਫਤਾਰ ਕਰਾਂਗੇ 307 ਮੁਕੱਦਮਾ ਦਰਜ ਕੀਤਾ ਬਾਕੀ ਅਸੀਂ ਜਿਹੜੀ ਹੈ ਸਖਤੀ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਜਿਹੜੇ ਮੈਂ ਉਹਨੇ ਡਾਕਟਰ ਸਾਹਿਬ ਨਾਲ ਡਿਸਕਸ ਕੀਤਾ ਅਤੇ ਪੇਸ਼ੈਂਟ ਜਿਹੜਾ ਸਟੇਬਲ ਹੈ ਉਹਨਾਂ ਦਾ ਬੀ ਪੀ ਵਗੈਰਾ ਸਾਰਾ ਠੀਕ ਹੈ ਕੁਛ ਉਹਨਾਂ ਦੇ ਬਾਹਾਂ 'ਤੇ ਹੱਥਾਂ 'ਤੇ ਜਿਹੜੀ ਸਖਤੀ ਹੈਗੀ ਹੈ ਉਹ ਠੀਕ ਹੋ ਗਈ ਜੁਆਇੰਟ ਪੁਲਿਸ ਕਮਿਸ਼ਨਰ ਜਿਨ੍ਹਾਂ ਸਾਫ਼ ਤੌਰ 'ਤੇ ਦੱਸਿਆ ਵਾ ਕਿ ਜਿਹੜੇ ਗੋਰਾ ਥਾਪਰ ਹੈਗੇ ਨੇ ਉਹ ਖਤਰੇ ਤੋਂ ਬਾਹਰ ਨੇ ਉਹਨਾਂ ਦੀ ਹਾਲਤ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਸੀ ਉਹ ਡਾਕਟਰਾਂ ਨੇ ਸਾਫ਼ ਤੌਰ 'ਤੇ ਕਹਿਤਾ ਵਾ ਕਿ ਹਾਲਤ ਸਟੇਬਲ ਹੈਗੀ ਆ ਔਰ ਦੂਜੇ ਪਾਸੇ ਹਿੰਦੂ ਸੰਗਠਨਾਂ ਦਾ ਜਿਹੜਾ ਰੋਸ ਹੈਗਾ ਉਹ ਜੋ ਨਾ ਤੋਂ ਚੱਲ ਰਿਹਾ ਵਾ ਪਰ ਦੂਜੇ ਪਾਸੇ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਪੁਲਿਸ ਸੁਰੱਖਿਆ ਪੁੱਤਰ ਦੀ ਆਮਦਾਇਕ ਦਾਅਵੇ ਕਰ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਕਦ ਤੱਕ ਆਰੋਪੀਆਂ ਨੂੰ ਪਕੜ ਪਾਉਂਦੀ ਹੈ